जिम साजन तुसी देख रहे हो कोप्टर डिजिटल यूके चैनल। ये बड़ा अच्छा प्रोग्राम लै के आया है जिसका नाम है फिर क्या है। फिर क्या है प्रोग्राम का नाम है। तो इस चैनल पे बड़े बड़े लोग जिहड़े अपने मसले लैके आते हैं और उन्होंने मसले हल होते हैं। अज वेखो कि कौन कोई अपना मसला लैके आता है फिर वो डिस्कस होगी। इस चैनल को सब्सक्राइब करें, लाइक करें, शेयर करें और कमेंट करके ये बताएं कि ये वीडियो आपको कैसी लगी। अस्सलाम वालेकुम भाजी। जी जी वालेकुम सलाम। ओ भाजी मैं फैसला का नाम सुनया है। हां जी हां जी सुनया है। ओ उस तो आगे तक छत्ती का नाम सुनया होवे। हां सुनया है। ओ मैं भाजी उठो आया है। अच्छा। ओ भाजी मैं ना कॉकटेल ਤੁਹਾਡਾ ਚੈਨਲ अपने पिंड वेख्या ਉਹਦੇ ਚ ਮੈਂ ਵੇਖਿਆ ਕਿ ਤੁਸੀਂ ਲੋਕਾਂ ਦੇ ਮਸਲੇ ਮਸਾਇਲ ਸੁਣਦੇ ਵੀ ਹੋ ਤੇ ਉਹਨਾਂ ਦੇ ਮਸਲਿਆਂ ਦਾ ਹੱਲ ਵੀ ਕੱਢਦੇ ਹੋ। ਮੈਂ ਨਹੀਂ ਸੁਣਦਾ, ਇਹ ਚੈਨਲ ਵਾਲੇ ਸੁਣਦੇ ਨੇ ਕਿ ਉਹ ਉਹਨਾਂ ਦੇ ਮਸਲੇ ਹੱਲ ਕਰਦੇ ਨੇ। ਭਾਜੀ ਚਾਚੀ ਦੇ ਬਾਣੀ ਮੇਰੀ ਵੀ ਦੁੱਖ ਭਰੀ ਕਹਾਣੀ ਸੁਣ ਲਓ। ਠੀਕ ਬਾਣੀ ਕਹਾਣੀ ਮੇਰੀ ਬੜੀ ਮਜ਼ਾਕ ਦੀ ਕਹਾਣੀ ਹੈ, ਜ਼ਖਮਾਂ ਦੀ ਕਹਾਣੀ। ਉਹ ਭਾਜੀ ਮੇਰੀ ਬੜੀ ਲੰਮੀ ਦਾਸਤਾਨ ਹੈ। ਟ੍ਰੇਨ ਦੀ ਦਾਸਤਾਨ ਹੈ। ਉਹ ਮੇਰੀ ਗੱਲ ਤੇ ਸੁਣ ਲਵੋ। ਮੈਂ ਭਾਜੀ ਮੈਂ ਤੁਹਾਨੂੰ ਕੀ ਦੱਸਾਂ, ਪਿੰਡ ਮੇਰੀ 20 ਕਿੱਲੇ ਜ਼ਮੀਨ ਸੀ। ਅੱਛਾ ਹੋਇਆ। ਭਾਜੀ ਉੱਥੇ ਦਾ ਜਿਹੜਾ ਚੌਧਰੀ ਹੈ ਨਾ, ਉਹ ਸਮਝ ਲਓ ਕਿ ਬਾਸਰ ਹੈਗਾ ਅਤੇ ਗੁੰਡਿਆਂ ਨਾਲ ਉਹਦਾ ਬੜਾ ਹਿਸਾਬ ਕਿਤਾਬ ਹੈ ਗੁੰਡਿਆਂ ਵਾਲਾ। ਉਹਨੇ ਮੇਰੀ ਜ਼ਮੀਨ 'ਤੇ ਨਜਾਇਜ਼ ਕਬਜ਼ਾ ਕਰ ਲਿਆ। ਮੈਂ ਕਿਹਾ ਭਾਈ ਇਹ ਮੇਰੀ ਜ਼ਮੀਨ ਹੈ। ਕਹਿੰਦਾ ਨਹੀਂ, ਇਹ ਸਲਾਬ ਜਦੋਂ ਆਇਆ ਤਾਂ ਤੇਰੇ 20 ਕਿੱਲੇ ਸਲਾਬ 'ਚ ਰੁੜ ਗਏ ਨੇ। ਭਾਜੀ ਮੈਂ ਤੁਹਾਨੂੰ ਕੀ ਦੱਸਾਂ, ਉੱਥੋਂ ਮੈਂ ਬੱਸ ਵਾਲੇ ਨੂੰ ਹੱਥ ਦਿੱਤਾ। ਮੈਨੂੰ ਕਿਹਾ ਯਾਰ ਮੈਂ ਕਾਕਟੇਲ ਦੇ ਦਫ਼ਤਰ ਜਾਣਾ, ਚੈਨਲ ਤੇ ਜਾਣਾ, ਮੈਨੂੰ ਲੈ ਜਾ। ਕਹਿੰਦਾ ਮੈਂ ਨਹੀਂ ਲਿਜਾਣਾ। ਮੈਂ ਬੱਸ ਦੇ ਮਗਰ ਮਗਰ ਦੌੜਿਆ, ਬੱਸ ਲਾਰੀ ਅੱਡੇ ਖਲੋਤੀ ਏ ਅਤੇ ਕਨੈਕਟਰ ਦਾ ਧਿਆਨ ਮੇਰੇ 'ਤੇ ਪੈ ਗਿਆ। ਕਹਿੰਦਾ ਕਿਰਾਇਆ ਦੇ। ਮੈਂ ਕਿਹਾ ਕਾਹਦਾ? ਕਹਿੰਦਾ ਤੂੰ ਸਾਡੇ ਨਾਲ ਨਹੀਂ ਆਇਆ। ਭਾਜੀ ਭਲੇ ਦਾ ਜ਼ਮਾਨਾ ਹੀ ਕੋਈ ਨਹੀਂ। ਮੈਂ ਇੰਝ ਕਰਕੇ ਭੁੱਖ ਲੱਗੀ ਮੈਨੂੰ, ਮੈਂ ਹੋਟਲ 'ਤੇ ਚਲਾ ਗਿਆ। ਮੈਂ ਹੋਟਲ ਵਾਲੇ ਨੂੰ ਪੁੱਛਿਆ, ਮੈਂ ਕਿਹਾ ਭਾਜੀ ਕੀ ਪੱਕਾ? ਕਹਿੰਦਾ ਜ਼ੁਬਾਨ ਪੱਕੀ ਏ। ਮੈਂ ਕਿਹਾ ਫੜ 50 ਰੁਪਈਏ ਅਤੇ ਮੈਨੂੰ ਜ਼ੁਬਾਨ ਪਾ ਦੇ। ਉਹ ਕਹਿੰਦਾ ਜਾ ਕੰਮ ਕਰ ਪੇਂਡੂਆ, 50 ਦੀ ਜ਼ੁਬਾਨ ਤੈਨੂੰ ਕਿੱਥੋਂ ਪਾ ਕੇ ਦਈਏ। ਮੈਂ ਕਿਹਾ ਯਾਰ ਕੋਈ ਥੱਥੀ ਜੀ ਪਾ ਦੇ। ਥੱਥੀ ਕਿਹੜੀ ਜ਼ੁਬਾਨ? ਉਹ ਜਾਨਵਰ ਦੀ ਜ਼ੁਬਾਨ ਹੁੰਦੀ ਹੈ, ਉਹਨਾਂ 'ਚ ਥੱਥੀ ਨਹੀਂ ਹੁੰਦੀ। ਥੱਥੀ ਵੀ ਹੋਏ ਤਾਂ ਉਹਨਾਂ ਨੇ ਬੋਲਣਾ ਹੀ ਹੁੰਦਾ ਉਸ ਤਰੀਕੇ ਨਾਲ। ਇਹ ਹੋਟਲਾਂ ਦੇ ਵਾਕਈ ਬੜੀਆਂ ਜੁਗਤਾਂ ਕਰਦੇ ਨੇ। ਮੈਂ ਕੱਲ੍ਹ ਨਾਸ਼ਤੇ ਵਾਲੇ ਨੂੰ ਗਿਆ, ਮੈਂ ਕਿਹਾ 100 ਰੁਪਏ ਦੇ ਪਾਵੇ ਪਾ ਦੇ ਵਿੱਚ ਇੱਕ ਮੇਖਾ ਦੀ ਹੱਡੀ ਪਾ ਦੇ। ਉਹਨੇ ਮੇਖਾ ਦੀ ਹੱਡੀ ਪਾਈ, ਮੈਂ ਅੱਜ ਕੱਲ੍ਹ ਵੀ ਝਾੜਦਾ ਰਿਹਾ ਵੀ ਮੇਖੀ ਨਹੀਂ ਨਿਕਲੀ। ਅੱਜ ਕੇ ਮੈਂ ਨਾਸ਼ਤੇ ਵਾਲੇ ਨੂੰ ਗਿਆ, ਯਾਰ ਇਹ 'ਚੋਂ ਤਾਂ ਮੇਖੀ ਨਹੀਂ ਨਿਕਲਦੀ। ਅੱਗੋਂ ਨਾਸ਼ਤੇ ਵਾਲਾ ਕਹਿੰਦਾ ਭਾਈ ਲੈ ਲਾ ਸ਼ਾਦੀ ਸ਼ੁਦਾ। ਭਾਜੀ ਇਹ ਵੀ ਭਲੇ ਦਾ ਜ਼ਮਾਨਾ ਹੀ ਕੋਈ ਨਹੀਂ। ਆਹ ਮੈਂ ਰਸਤੇ 'ਚ ਇੱਕ ਛਾਬੜੀ ਵਾਲਾ ਬੇਰਿਆਂ ਵਾਲਾ ਜਾ ਰਿਹਾ ਸੀ। ਮੈਂ ਉਹਨੂੰ ਕਿਹਾ, ਮੈਂ ਕਿਹਾ ਯਾਰ ਫੜ 5 ਰੁਪਈਏ ਤਾਂ ਮੈਨੂੰ ਬੇਰ ਦੇ ਦੇ। ਉਹਨੇ ਮੈਨੂੰ 5 ਦੇ ਬੇਰ ਦਿੱਤੇ ਨੇ। ਮੈਂ ਬੇਰ ਖਾਧੇ ਨੇ 2-3 ਹਜੇ ਅਤੇ ਮੇਰਾ ਗਲਾ ਘੁੱਟਣ ਲੱਗ ਪਿਆ। ਮੈਂ ਉਹਨੂੰ ਆਵਾਜ਼ ਦਿੱਤੀ, ਮੈਂ ਕਿਹਾ ਬਾਬਾ ਗੱਲ ਸੁਣ, ਆ ਤੇਰੇ ਬੇਰ 'ਤੇ ਮੇਰਾ ਗਲਾ ਘੁੱਟ ਰਹੇ ਨੇ। ਕਹਿੰਦਾ ਮਾਮਾ ਹੋਰ 5 ਰੁਪਏ 'ਚ ਤੇਰੀਆਂ ਲੱਤਾਂ ਘੁੱਟਣ। ਜਾਨਵਰਾਂ ਦਾ ਰਿਸ਼ਤੇਦਾਰੀ ਪਾਈ ਭਾਜੀ ਕੀ ਕਰੇ ਪਿੰਡ ਦੇ ਲੋਕ ਸਾਨੂੰ ਕੀ
ਬੜੀ ਕੁਵਤ ਹੁੰਦੀ ਹੈ ਤੇ ਸਾਲਨ ਨਾਲ ਵੀ ਜ਼ਬਰਦਸਤ ਹੁੰਦਾ ਹੈ ਹਾਂਜੀ ਬਿਲਕੁਲ
ਲੇਕਿਨ ਅਸੀਂ ਤੁਸੀਂ ਨਾ ਦੋ ਨੂੰ ਮਰਦਾ ਮਾਰਦੇ ਸੀ ਭਾਈ ਜੀ ਮੈਂ ਤੁਹਾਨੂੰ ਕੀ ਦੱਸਾਂ ਇਹ ਸਾਨੂੰ ਖਾਨਦਾਨੀ ਦੀ ਮਸਲਾ ਹੈ ਕੀ ਮਸਲਾ ਆ ਮੇਰੇ ਜਿਹੜੇ ਤਾਇਆ ਜੀ ਨੇ ਉਹਨਾਂ ਦਾ ਨਾਮ ਸੁਣਾ ਰਿਹਾ ਠੀਕ ਹੈ ਉਹ ਮੇਰੇ ਤਾਇਆ ਜੀ ਨੇ 35,000 ਦਾ ਇੰਨਾ ਕੁੱਤਾ ਲਿਆ ਫੇਰ ਉਹਨਾਂ ਨੇ ਸੋਚਿਆ ਕਿ ਕੁੱਤਾ ਜਿਹੜਾ ਜਵਾਨ ਹੋਏਗਾ ਤੇ ਉਹਨੇ ਘਰ ਦੀ ਰਾਖੀ ਕਰੇਗਾ ਭੰਗੇ ਸੰਗੇਗਾ ਹਾਂ ਬਿਲਕੁਲ ਉਹ ਕੁੱਤਾ ਜਦੋਂ ਜਵਾਨ ਹੋਇਆ ਉਹ ਮਾੜੀ ਕਿਸਮਤ ਨੂੰ ਗੁੰਗਾ ਨਿਕਲ ਆਇਆ ਸ਼ਹਿਰੀ ਔਰਤਾਂ ਜਿਹੜੀਆਂ ਨਾ ਇਹ ਬੜੀਆਂ ਨਾਜ਼ੁਕ ਹੁੰਦੀਆਂ ਇਹ ਤੇ ਬੋਲਦੀਆਂ ਬੜਾ ਮਿੱਠਾ ਨੇ ਆਪਣੇ ਬੰਦੇ ਨਾਲ ਫੋਨ ਤੇ ਗੱਲ ਹੀ ਬੜੇ ਅੱਛੇ ਅੰਦਾਜ਼ ਚ ਕਰਦੀਆਂ ਜ਼ਾਹਿਦ ਮੈਨੇ ਸੁਣਾ ਅੱਜ ਤੁਹਾਡੀ ਛੁੱਟੀ ਹੈ ਉਹ ਜ਼ਾਹਿਦ ਸਾਹਿਬ ਵੀ ਅੱਗੋਂ ਬੜੇ ਪਿਆਰ ਨਾਲ ਕਹਿੰਦੇ ਜੀ ਜਾਨ
ਉਗੋ ਫਿਰ ਕਹਿੰਦੀ ਹੈ ਕਿਉਂ ਨਾ ਆਜ ਫਿਰ ਲੌਂਗ ਡਰਾਈਵ 'ਤੇ ਚਲੇ ਅਤੇ ਸਾਡੀਆਂ ਬੁੱਢੀਆਂ ਅੱਲਾ ਮਾਫ਼ ਕਰੇ ਉਹ ਸ਼ੁਰੂ ਇੱਥੋਂ ਹੁੰਦੀਆਂ ਨੇ। ਵੇ ਬੂਟਿਆ ਵੇ ਮੈਂ ਸੁਣਿਆ ਅੱਜ ਤੇਰੀ ਛੁੱਟੀ ਆ, ਮੈਂ ਮਾੜੀ ਕਿਸਮਤ ਨੂੰ ਕਹਿੰਦਾ ਆਹੋ। ਅੱਗੋਂ ਕਹਿੰਦੀ ਚੱਲ ਫਿਰ ਅੱਜ ਤਾਏ ਦੀ ਕਬਰ ਤੋਂ ਹੋ ਆਈਏ। ਅਸਲ ਦੇ ਵਿੱਚ ਕਿਉਂਕਿ ਜਿਹੜੇ ਗੁਜ਼ਰ ਗਏ ਨੇ ਨਾ ਉਹਨਾਂ ਲਈ ਦੁਆ ਕਰਨੀ ਵੀ ਜ਼ਰੂਰੀ ਹੈ, ਕਿਉਂਕਿ ਇੱਕ ਦੁਆ ਹੀ ਹੈ ਜਿਹੜੀ ਉਹਨਾਂ ਦੀ ਕਰਦੇ ਨੇ। ਇਹਨਾਂ ਨੂੰ ਕੀ ਪਤਾ ਹੈ, ਚਾਰੀਆਂ ਵਾਲ ਮਸ ਕੇ ਚਲੇ ਜਾਂਦੇ ਆ, ਆਪਣੀ ਬੁੱਢੀ ਨਾਲ ਕਦੀ ਤਰੀਫ ਹੀ ਨਹੀਂ ਕਰਨੀ। ਆ ਤਰੀਫ ਤੇ ਮਾਰ ਪਤਾ ਨਹੀਂ ਸ਼ਾਇਦ ਔਰਤਾਂ ਬੜੀਆਂ ਚੰਗੀਆਂ ਨੇ, ਆ ਸ਼ਾਇਦ ਔਰਤਾਂ ਨਾ ਤੋਂ ਬਾਅਦ ਬੁਝ ਕਰਦੀਆਂ ਨੇ। ਆ ਬਿਲਕੁਲ ਹੈ ਜੀ, ਆ ਅੰਸ਼ ਆ ਕੀ ਹੁੰਦੀ ਮੋਟਰ ਜੀ, ਆ ਉਹ ਡਰਾਈਵਰ ਕੁਝ ਨਹੀਂ ਕਰ ਰਿਹਾ ਕੁਝ ਕਰਦੀ ਹੈ ਤਾਂ ਸਾਡੀਆਂ ਉਹਦੇ ਅੱਲਾ ਮਾਫ ਕਰ ਜੁਆ ਹੀ ਜਿਹੀ ਨਹੀਂ ਆ ਗਈ। ਆ ਬਿਲਕੁਲ ਉਹ ਐਂ ਨਿਕਲ ਕੇ ਛੱਤ ਤੇ ਖੋਲ ਰਿਹਾ ਹੈ ਸੋਚਣਾ ਮੈਂ ਕਿੱਥੇ ਰੜੇਗਾ। ਬਾਕੀ ਮੇਰਾ ਮਸਲਾ ਤੁਸੀਂ ਹੱਲ ਕਰਦੇ ਹੋ, ਤੁਸੀਂ ਮੈਨੂੰ ਬੜੇ ਨੇਕ ਇਨਸਾਨ ਲੱਗ ਰਹੇ ਹੋ। ਨਹੀਂ ਨਹੀਂ ਨੇਕ ਰੱਬ ਦੀ ਰਾਤ ਪਾ ਕੇ ਠੀਕ ਹੈ, ਉਹ ਮਸਲਾ ਤੁਹਾਡਾ ਹੋ ਜਾਏਗਾ, ਉਹ ਚੋਰੀ ਨੂੰ ਅਸੀਂ ਆਪ ਇੱਥੇ ਚੈਨਲ 'ਤੇ ਬੁਲਵਾ ਲਵਾਂਗੇ ਠੀਕ ਹੈ। ਉਹ ਚੋਰੀ ਨਾਲ ਮੈਨੂੰ 1 ਕਿਲੋ ਜ਼ਮੀਨ ਵਾਪਸ ਲੈ ਦਿਓ, ਤੁਹਾਡੇ 20 ਕਿਲੋ ਜ਼ਮੀਨ ਵੀ ਲੈ ਕੇ ਦੇਵਾਂਗੇ ਠੀਕ ਹੈ। ਭਾਅ ਜੀ 20 ਕਿਲੋ ਦੀ ਹੈ, 20 ਕਿਲੋ ਦੇ ਆ ਜੀ। ਹਾਂ ਕਿਲੋ ਮੈਂ ਜ਼ਰਾ ਤੋੜ ਕੇ ਕਿਲੇ ਕਰ ਦਿਆਂ। ਅੱਛਾ ਜਿਹੜੇ ਠੋਗੇ ਹੁੰਦੇ ਨੇ ਉਹ ਲੱਕੜ ਦੇ ਹੁੰਦੇ ਨੇ, ਤਕਰੀਬਨ 5 ਕਿਲੋ ਦਾ 1 ਕਿਲੋ ਤੁਹਾਡੇ ਕਹਿੰਦੇ ਨੇ ਮੇਰੀ ਜ਼ਮੀਨ ਪਠਾਣਾ ਤੋਂ ਲੈ ਕੇ ਦਿਓ। ਨਹੀਂ ਨਹੀਂ ਪਠਾਣਾ ਬੋਲਦੇ ਬਾਲਣ ਹੁੰਦਾ ਹੈ। ਅੱਛਾ ਹੈ, ਅੱਛਾ ਜੀ ਹੈ ਭਰਜਾਈ ਹੋਣੀ ਜਿਹੜੇ ਨੇ ਇਹ ਤੁਹਾਡੇ ਨਾਲ ਕਿੱਦਾਂ ਰਿਸ਼ਤੇਦਾਰੀ 'ਚ ਆਪਣੇ ਇਹ ਭਾਜ ਮੇਰੀ ਮਾਮਾ ਸਕੀ ਮਾਸੀ ਦੇ ਕੁੱਤੇ ਦੇ ਪੁੱਤ ਭਰਾ ਦਿੱਤੀ ਜੀ। ਵੇਖੋ ਤਮੀਜ਼ ਸ਼ਾਦੀ ਕਰਨ ਤੋਂ ਪਹਿਲੇ ਕੁਛ ਸੋਚਿਆ ਸੀ, ਮੈਂ ਤੁਸੀਂ ਵੇਖਿਆ ਸੀ ਇਹਨਾਂ ਦੀ ਤਸਵੀਰ ਵਗੈਰਾ ਜਾਂ ਇਹਨਾਂ ਨੂੰ ਡਾਇਰੈਕਟ ਵੇਖਿਆ ਸੀ? ਤੁਸੀਂ ਵੇਖਿਆ ਹੈ ਤੇ ਤਾਂ ਵੀ ਤੁਸੀਂ ਦੱਸ ਸਕਦੇ ਹੋ, ਅਗਰ ਨਹੀਂ ਵੇਖਿਆ ਤੇ ਉਹ ਇਹ ਵੀ ਤੁਸੀਂ ਦੱਸ ਸਕਦੇ ਹੋ। ਇਸ ਲਈ ਆਮ ਵਾਕਿਆ ਜਿਹੜੀਆਂ ਪਿੰਡ ਦੀਆਂ ਕੁੜੀਆਂ ਨੇ ਨਾ, ਇਹ ਬੜੀ ਅੱਛੀ ਗੱਲ ਹੈ ਕਿ ਮਾਂ ਪਿਓ ਨੂੰ ਨਹੀਂ ਵੇਖਦੀਆਂ। ਮਤਲਬ ਕਿ ਪਹਿਲੇ ਇੰਜੀ ਵਿਆਹ ਹੁੰਦੇ ਸੀਗੇ ਕਿ ਜਦੋਂ ਘੁੰਡ ਚੁੱਕਣਾ ਉਦੋਂ ਪਤਾ ਲੱਗਣਾ ਹੈ, ਜਾਂ 3 ਗਾਣੇ ਜਾਂ 5-12 ਮਤਲਬ ਕਿ ਬਾਅਦ 'ਚ ਪਤਾ ਲੱਗਦਾ। ਸੱਚੀ ਗੱਲ ਦੱਸਾਂ, ਅੱਲਾ ਤਾਲਾ ਦਾ ਸ਼ੁਕਰ ਹੈ ਕਿ ਅੱਲਾ ਤਾਲਾ ਨੇ ਮੈਨੂੰ ਐਡੀ ਅੱਛੀ ਬੀਵੀ ਦਿੱਤੀ ਹੈ। ਦੇਖੋ ਨਾ, 3 ਦਿਨ ਤੋਂ ਮੈਨੂੰ ਲੱਭਦੀ ਵਿਚਾਰੀ ਇੱਥੇ ਪਹੁੰਚ ਗਈ। ਜਦੋਂ ਤੁਸੀਂ ਸ਼ਾਦੀ ਹੋਈ ਹੈ ਤੁਹਾਡੀ ਇਹਨਾਂ ਦੇ ਨਾਲ, ਤੁਹਾਨੂੰ ਵਾਕਈ ਤੁਸੀਂ ਇੱਧਰ ਕਰਦੀ ਆ, ਆਖਰ ਕੀ ਵਜ੍ਹਾ ਹੈ ਸੀ ਕਿ ਜਿਹੜੀ ਤੁਸੀਂ ਇੰਨੀ ਇੱਧਰ ਕਰਦੇ ਹੋ ਆਪਣੀ ਥਾਂ ਵਾਸਤੇ? ਹਾਲਾਂਕਿ ਕਈ ਲੜਕੀਆਂ ਹੈ ਨੇ ਉਹ ਨਹੀਂ ਵੀ ਕਰਦੀਆਂ। ਨਹੀਂ ਨਹੀਂ ਸਰ ਜੀ, ਮੇਰੀ ਮਾਂ ਨੂੰ ਇਹ ਸਮਝਾਇਆ ਸੀ ਮਾਰਨੀ ਤੁਸੀਂ ਹਲੇ ਸਕਦੇ। ਸੁਣੋ, ਮੈਂ ਕਿਸ ਤਰ੍ਹਾਂ ਮਾਰ ਸਕਦਾ ਸੀ? ਰਿਸ਼ਤੇਦਾਰੀ ਬਿਲਕੁਲ ਬੀਵੀ ਤੁਹਾਡੇ ਵਰਗੀ ਹੀ ਹੋਣੀ ਚਾਹੀਦੀ ਹੈ ਜਿਹੜੀ ਆਪਣੇ ਮਨ ਦੀ ਇੰਨੀ ਇੱਜ਼ਤ ਕਰ ਰਹੀ ਹੈ। ਅਤੇ ਤੁਹਾਡਾ ਮਸਲਾ ਜਿਹੜਾ ਹੈ ਨਾ, ਉਹ ਮੈਂ ਇਨਸ਼ਾਅੱਲਾ ਤੁਸੀਂ ਇੰਨੀ ਵਾਰੀ ਆਪਣਾ ਐਡਰੈਸ
उस पिंड का ना उस सारा पूरा मतलब जीवन है उस चौधरी का ना तुम लिखवा के चैनल आ गया। अगली बारी तुम मोबाइल नंबर भी लिखवा देना है। अगली बारी उस चौधरी को भी बुलावे और तुम भी बुलावे और उन्होंने इन गल अ कहे कि देखो एक माड़ा गरीब बंदा जरा अपनी जमीन बंदगी करके अपने बच्चों का पेट पाल रहे हैं तुम उन्होंने क्यों हक मार रहे हो ढंग को पूरा पेंड है असं सारी उन्होंने गलबात कर लेंगे तो ढा मसला हल हो। अल्लाह पाक तुहानू सलामत रखे ताजे कॉपर चैनल भी सलामत रखे। देखो जी तुसी गरीबां दे मसले सुनते हो उन्होंने मसले हल करते हो ते इहदा अजर जिहड़ा है तुहानू अल्लाह दी ज़ात ने देना है। चल भईए लोके चलिए घर तों ओए अपनी रोटी ते लै जो ओए होए होए मैं क्या वेख के कोई भी नहीं रहा कि मैं ना खाया। तो जी हाँ नाज़रीन आपको ये हमारा वीडियो कैसा लगा अच्छा है तो आप इसमें कमेंट करें इस चैनल को सब्सक्राइब करें लाइक करें और इतना शेयर करें कि ये जो आने वाली नई वीडियो है वो आपके पास हो। अगली बार फिर आपके पास आएंगे। जाते वक्त पाकिस्तान जिंदाबाद।